ਮੋਹਾਲੀ ਪੁਲਿਸ ਨੇ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਤੇ ਪੁਲਿਸ ਨੇ ਵਿਦੇਸ਼ੀ ਨਾਗਰਿਕਾਂ ਨੂੰ ਠੱਗਣ ਦੇ ਇਲਜ਼ਾਮਾਂ ਦੇ ਵਿੱਚ 25 ਨੌਜਵਾਨ 12 ਲੜਕੀਆਂ ਸਮੇਤ ਕੁੱਲ 37 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਨੇ ਇਸ ਕਾਲ ਸੈਂਟਰ ਤੋਂ 45 ਲੈਪਟਾਪ 45 ਹੈੱਡਫੋਨ ਅਤੇ 59 ਮੋਬਾਈਲ ਹੈਂਡਸੈੱਟ ਤੇ ਇੱਕ ਮਰਸਡੀਜ਼ ਕਾਰ ਹੈ ਜਿਹੜੀ ਉਹ ਵੀ ਜ਼ਬਤ ਕੀਤੀ ਗਈ ਹੈ। ਜ਼ਬਤ ਕੀਤੇ ਗਏ 59 ਮੋਬਾਈਲਾਂ ਦੇ ਵਿੱਚੋਂ ਮੋਬਾਈਲ ਫੋਨਾਂ 'ਚੋਂ 23 ਜਿਹੜੇ ਕਾਲ ਸੈਂਟਰ ਦੇ ਕੰਮ ਲਈ ਵਰਤੇ ਗਏ ਤੇ ਜਦਕਿ 36 ਮੋਬਾਈਲ ਫੋਨ ਗ੍ਰਿਫਤਾਰ ਲੋਕਾਂ ਦੇ ਸਨ। ਤੇ ਮੋਹਾਲੀ ਦੇ SP ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਇਹ ਲੋਕ ਇਸ ਕਾਲ ਸੈਂਟਰ ਦੇ ਰਾਹੀਂ ਵਿਦੇਸ਼ਾਂ ਦੇ ਵਿੱਚ ਲੋਕਾਂ ਨੂੰ ਜਿਹੜੀ ਫਰਜ਼ੀ ਈਮੇਲ ਭੇਜਦੇ ਸੀ ਅਤੇ ਪੇਪਾਲ ਐਪ ਦੇ ਰਾਹੀਂ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਟ੍ਰਾਂਸਫਰ ਕਰਨ ਦੀ ਜਿਹੜੀ ਗੱਲ ਕਰਦੇ ਸਨ ਤੇ ਇਸ ਦੇ ਲਈ ਉਹ ਲੋਕਾਂ ਨੂੰ ਜਿਹੜੇ ਗਿਫਟ ਕਾਰਡ ਖਰੀਦਣ ਦੀ ਸਲਾਹ ਦਿੰਦੇ ਸੀ ਤੇ ਜਦੋਂ ਪੀੜਤ ਉਹਨਾਂ ਵੱਲੋਂ ਭੇਜਿਆ ਗਿਫਟ ਕਾਰਡ ਖਰੀਦ ਲੈਂਦਾ ਸੀ ਤਾਂ ਇਹ ਲੋਕ ਉਹਨਾਂ ਨਾਲ ਠੱਗੀ ਮਾਰਦੇ ਸਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਪਲਾਟ ਦੇ ਵਿੱਚ ਵਿਖਾਵੇ ਦੇ ਤੌਰ 'ਤੇ ਇਹਨਾਂ ਨੇ ਵੈਬਟੈਪ ਪ੍ਰਾਈਵੇਟ ਲਿਮਿਟਡ ਦੇ ਨਾਮ ਦੀ ਜਿਹੜੀ ਕੰਪਨੀ ਹੈ ਉਹ ਚਲਾਈ ਜਾ ਰਹੀ ਸੀ ਅਤੇ ਜਿਸ ਦੀ ਆੜ ਦੇ ਵਿੱਚ ਮੁਲਜ਼ਮ ਇਹ ਫਰਜ਼ੀ ਜਿਹੜਾ ਕਾਲ ਸੈਂਟਰ ਚਲਾ ਰਹੇ ਸਨ ਤੇ ਇਸ ਸੰਬੰਧੀ ਮੁੱਢਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਪਤਾ ਲੱਗਾ ਹੈ ਕਿ ਇਹ ਫਰਜ਼ੀ ਕਾਲ ਸੈਂਟਰ ਦਾ ਕਾਰੋਬਾਰ ਹੈ ਜਿਹੜਾ ਉਹ ਗੁਜਰਾਤ ਤੋਂ ਹੈ ਜਿਹੜਾ ਉਹ ਚਲਾਇਆ ਜਾ ਰਿਹਾ ਸੀ। ਇਸ ਵਿੱਚ ਪੁਲਿਸ ਨੇ ਵੀ ਗੁਜਰਾਤ ਵਾਸੀ ਕੇਵਿਨ ਪਟੇਲ ਅਤੇ ਪਾਰਟਿਕ ਦੁਤਾਂਤ ਨੂੰ ਜਿਹੜਾ ਮੁੱਖ ਮੁਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਹੈ। ਪੁਲਿਸ ਨੇ ਇਹਨਾਂ ਸਾਰਿਆਂ ਦੇ ਖਿਲਾਫ਼ IPS ਦੀ ਧਾਰਾ 406, 420, 120B ਦੇ ਤਹਿਤ ਜਿਹੜਾ ਉਹ ਕੇਸ ਦਰਜ ਕਰ ਲਿਆ ਹੈ।